ਕਲਕੱਤਾ ਦੇ ਵਿੱਚ ਹੋਏ ਰੇਪ ਤੇ ਮਰਡਰ ਮਾਮਲੇ ਤੋਂ ਬਾਅਦ ਹੁਣ ਲਗਾਤਾਰ ਦੇਸ਼ ਦੇ ਵਿੱਚ ਡਾਕਟਰ ਜਿਹੜੇ ਆ ਉਹ ਹੜਤਾਲ ਤੇ ਨੇ। ਹਾਲਾਂਕਿ ਹੁਣ ਕਾਫੀ ਦਿੱਕਤਾਂ ਲਗਾਤਾਰ ਪੇਸ਼ ਆ ਰਹੀਆਂ ਕਿਉਂਕਿ ਹੁਣ 3 ਤੋਂ 4 ਦਿਨ ਹੋ ਚੁੱਕੇ ਨੇ। ਚੰਡੀਗੜ੍ਹ ਦੇ PGI ਸਮੇਤ ਸੈਕਟਰ 32 ਹਸਪੀਟਲ ਦੇ ਵਿੱਚ ਜੇ ਅਸੀਂ ਗੱਲ ਕਰ ਲਈਏ ਉੱਥੇ ਵੀ ਕਾਫੀ ਖੱਜਲ ਖਵਾਰੀ ਜਿਹੜੀ ਆ ਹੋ ਰਹੀ ਹੈ ਲੋਕਾਂ ਨੂੰ, ਕਿਉਂਕਿ ਜਿਨ੍ਹਾਂ ਨੂੰ ਡੇਟ ਮਿਲੀ ਹੋਈ ਹੈ ਆਪਰੇਸ਼ਨ ਦੀ ਜਾਂ ਕਿਸੇ ਦਾ ਕੋਈ ਜਿਹੜਾ ਵੱਡਾ ਐਮਰਜੈਂਸੀ ਕੇਸ ਹੈ ਉਹਨੂੰ ਕਾਫੀ ਦਿੱਕਤ ਹੋ ਰਹੀ ਹੈ। ਹਾਲਾਂਕਿ ਕਈ ਅਰੇਂਜਮੈਂਟਸ ਜ਼ਰੂਰ ਕੀਤੇ ਗਏ ਨੇ, ਜਿਹੜੇ ਜੂਨੀਅਰ ਡਾਕਟਰਸ ਹੈ ਉਹ ਦੇਖ ਰਹੇ ਨੇ। ਮੈਡਮ ਕਿੱਥੋਂ ਆਏ ਹੋ ਤੁਸੀਂ? ਅਸੀਂ ਸਮਰਾਲਾ ਕੋਲ। ਸਮਰਾਲਾ ਤੋਂ ਕੀ ਸੀਗਾ ਆਪਣਾ? ਸਾਡੇ ਬੇਟੇ ਦਾ ਆਪਰੇਸ਼ਨ ਸੀ ਕੱਲ ਨੂੰ, ਅਡਜਮੈਂਟ ਹੋਣਾ ਸੀ। ਅੱਛਾ। ਅਸੀਂ ਆਏ, ਸਾਨੂੰ ਬਹੁਤ ਖੱਜਲ ਖੁਆਰ ਹੋਣਾ ਪਿਆ ਅੱਜ, ਅਸੀਂ ਵਾਪਸ ਜਾਣਾ ਪੈ ਗਿਆ। ਬੱਚੇ ਦੀ ਪੜ੍ਹਾਈ ਦੇ ਵਿੱਚ ਗੈਪ ਪੈ ਰਿਹਾ, ਸਾਨੂੰ ਤਾਂ ਜਲਦੀ ਤੇ ਆਪਰੇਸ਼ਨ ਹੋ ਜਾਣਾ। ਨਹੀਂ, ਆਪਰੇਸ਼ਨ ਸੀ, ਸਾਨੂੰ ਦੁਬਾਰਾ ਫੇਰ ਵਾਪਸ ਜਾਣਾ ਪੈ ਗਿਆ। ਕਿੱਡੀ ਦੂਰੋਂ ਅਸੀਂ ਆਏ ਹਾਂ ਘਰ ਤੋਂ, ਬੱਚੇ ਦੀ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਦਿੱਕਤਾਂ। ਹਾਂਜੀ, ਦਿੱਕਤਾਂ। ਤੁਸੀਂ ਵੀ ਨਾਲ? ਹਾਂਜੀ, ਮੈਂ ਬੇਟੇ ਦੀ ਮਦਰ ਹਾਂ ਤੇ ਹੋ ਨਹੀਂ ਰਹੀ ਹੈਗੀ ਸਰਜਰੀਆਂ, ਸਾਰੇ ਬਹੁਤ ਲੋਕਾਂ 'ਚ ਖੱਜਲ ਖੁਆਰੀ ਹੈ ਤੇ ਸਾਡੇ ਤੋਂ ਵੀ ਕਾਫੀ ਦੂਰ ਦੂਰ ਤੋਂ ਆ ਰਹੇ ਨੇ। ਅਸੀਂ ਸਮਰਾਲੇ ਤੋਂ ਸੀਗੇ ਤੇ ਇਹ ਆ ਵੀ ਹੁਣ ਜਲਦੀ ਨਾ ਸਟ੍ਰਾਈਕ ਬੰਦ ਕੀਤੀ ਜਾਵੇ, ਕੋਈ ਨਾ ਕੋਈ ਹੱਲ ਕੱਢਿਆ ਜਾਵੇ ਵੀ ਤੇ ਲੋਕਾਂ 'ਚ ਬਹੁਤ ਖੱਜਲ ਖੁਆਰੀ, ਆਮ ਪਬਲਿਕ ਬਹੁਤ ਪਰੇਸ਼ਾਨ ਹੋ ਰਹੀ ਹੈ ਬਹੁਤ, ਕਿਉਂਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਲਗਾਤਾਰ ਪਰੇਸ਼ਾਨੀ ਹੋ ਰਹੀ ਹੈ ਔਰ ਜਲਦ ਤੋਂ ਜਲਦ ਜਿਹੜੀ ਹੈ ਸਟ੍ਰਾਈਕ ਉਹ ਖਤਮ ਹੋਣੀ ਚਾਹੀਦੀ ਹੈ। ਕਿਉਂਕਿ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਜੂਨੀਅਰ ਡਾਕਟਰਸ ਜਾਂ ਐਮਰਜੈਂਸੀ ਜਿਹੜੀ ਹੈ ਉਹ ਲਾਈ ਹੋਈ ਹੈ, ਲੇਕਿਨ ਦੂਜੇ ਪਾਸੇ ਕਿਉਂਕਿ ਸੀਨੀਅਰ ਡਾਕਟਰ ਜਿੰਨੇ ਵੀ ਨੇ ਉਹ ਸਾਰੇ ਸਟ੍ਰਾਈਕ 'ਤੇ ਨੇ, ਇਸ ਕਰਕੇ ਕਾਫੀ ਖੱਜਲ ਖਵਾਰੀ ਜਿਹੜੀ ਹੈ। ਜਿੰਨੇ ਵੀ ਕੋਈ ਆਪਰੇਸ਼ਨ ਹੋਣਾ ਜਾਂ ਕਿਹੜੇ ਕੋਈ ਕਿਸੇ ਨੂੰ ਜਿਹੜਾ ਹੈਗਾ ਉਹ ਚੈੱਕਅਪ ਵਾਸਤੇ ਬੁਲਾਇਆ ਸੀਗਾ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਚੈੱਕਅਪ ਨਹੀਂ ਹੋ ਪਾ ਰਿਹਾ, ਜਿਸ ਕਰਕੇ ਖੱਜਲ ਖਵਾਰੀ ਪੂਰਾ ਅੰਦਰ ਭਰਿਆ ਹੋਇਆ, ਲੇਕਿਨ ਇਲਾਜ ਨਾ ਹੋਣ ਕਰਕੇ ਜਾਂ ਚੈੱਕਅਪ ਨਾ ਹੋਣ ਕਰਕੇ ਵਾਪਸ ਲੋਕਾਂ ਨੂੰ ਜਾਣਾ ਪੈ ਰਿਹਾ। ਯਾਨੀ ਕਿ ਬਾਹਰ ਤੋਂ ਜਿਹੜੇ ਦੂਰ ਦੂਰ ਤੋਂ ਪੰਜਾਬ ਤੋਂ ਹਰਿਆਣਾ ਤੋਂ ਜੰਮੂ ਕਸ਼ਮੀਰ ਹਿਮਾਚਲ ਤੋਂ ਜਿਹੜੇ ਚੰਡੀਗੜ੍ਹ ਦੇ PGI ਦੇ ਨਾਲ ਨਾਲ 32 ਹਸਪੀਟਲ ਵੀ ਕਾਫੀ ਰਸ਼ ਹੁੰਦਾ, OPD ਹੁੰਦੀ ਹੈ, ਲੇਕਿਨ ਕਿਸੇ ਵੀ ਤਰ੍ਹਾਂ ਦਾ ਜਿਹੜਾ ਟ੍ਰੀਟਮੈਂਟ ਨਾ ਹੋਣ ਕਰਕੇ ਕਾਫੀ ਦਿੱਕਤਾਂ ਦੇ ਜਿਹੜਾ ਸਾਹਮਣਾ ਹੈ ਉਹ ਕਰਨਾ ਪੈ ਰਿਹਾ। ਸਰ ਕਿੱਥੋਂ ਆਏ ਹੋ, ਕਹਾਂ ਸੇ ਆਏ ਹੋ? ਹੋਇਆ ਇਲਾਜ ਹੋ ਰਿਹਾ? ਹਾਂਜੀ ਹੋ ਰਿਹਾ। ਡਾਕਟਰਸ ਵਗੈਰਾ ਚੈੱਕ? ਹਾਂ ਹਾਂ, ਕਰ ਰਹੇ। ਤਾਂ ਕਿਤੇ ਨਾ ਕਿਤੇ ਕਹੀ ਜਿਹੜੇ ਡਾਕਟਰਸ ਲਾਏ ਗਏ ਨੇ ਉਹਨਾਂ ਦਾ, ਹਾਲਾਂਕਿ ਉਹਨਾਂ ਨੂੰ ਰੱਖਿਆ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਖੱਜਲ ਖਵਾਰੀ ਨਾ ਹੋ, ਲੇਕਿਨ ਜਿਹੜੇ ਸੀਨੀਅਰ ਡਾਕਟਰਸ ਨੇ ਉਹ ਜਿਹੜਾ ਹੈਗਾ ਇੱਥੇ ਸਟ੍ਰਾਈਕ 'ਤੇ ਨੇ, ਇਸ ਕਰਕੇ ਕਹਾਂ ਸੇ ਆਏ? ਹਮ ਯਮੁਨਾ ਨਗਰ ਸੇ ਆਏ ਜੀ। ਹੋ ਰਿਹਾ ਇਲਾਜ? ਕਹਾਂ ਹੋ ਰਿਹਾ ਜੀ, ਡਾਕਟਰ ਨਹੀਂ ਆਏ ਯਹਾਂ ਪੇ। ਡਾਕਟਰ ਨਹੀਂ ਆਏ? ਕਬ ਸੇ ਪਰੇਸ਼ਾਨ ਹੋ ਕੇ ਚਾਹੀਦੇ ਜੀ, ਸਵੇਰ ਕੇ ਆਏ ਹੋਏ, 8 ਵਜੇ ਬੁਲਾਇਆ ਥਾ ਇਹਨੂੰ। ਅੱਛਾ, ਹਾਂਜੀ, ਨਹੀਂ ਹੋ ਰਿਹਾ। ਹੜਤਾਲ ਦੇ ਚੱਕਰ ਮੈਂ ਨਹੀਂ ਹੋ ਰਿਹਾ, ਕਾਫੀ ਪਰੇਸ਼ਾਨੀ ਹੈ ਕਿਉਂਕਿ ਖੱਜਲ ਖਵਾਰੀ ਜ਼ਿਆਦਾ ਹੈ। ਬਿਲਕੁਲ, ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਜਿਹੜੇ ਪੇਸ਼ੈਂਟਸ ਆਏ ਨੇ ਦੂਰ ਦੂਰ ਤੋਂ, ਜਿਹੜੇ ਪੇਸ਼ੈਂਟਸ ਆ ਰਹੇ ਨੇ ਹਰਿਆਣਾ ਤੋਂ ਪੰਜਾਬ ਤੋਂ, ਉਹਨਾਂ ਦੇ ਆਪਰੇਸ਼ਨ ਨਹੀਂ ਹੋਏ ਕਿਸੇ ਦੇ, ਕਿ ਇਹਨਾਂ ਨੂੰ ਡੇਟ ਮਿਲੀ ਹੋਈ ਸੀ ਅੱਜ ਦੀ ਤਾਂ ਉਹਨਾਂ ਦੇ ਆਪਰੇਸ਼ਨ ਨਹੀਂ ਹੋਏ, ਜਿਸ ਕਰਕੇ ਕਾਫੀ ਖੱਜਲ ਖਵਾਰੀ ਹੋ ਰਹੀ ਹੈ। ਦੂਜੇ ਪਾਸੇ ਜੇ ਅਸੀਂ ਗੱਲ ਕਰ ਲਈਏ ਡਾਕਟਰਸ ਲਗਾਤਾਰ ਸਟ੍ਰਾਈਕ 'ਤੇ ਨੇ, 3 ਤੋਂ 4 ਜਿਹੜੀ ਡਿਮਾਂਡਸ ਨੇ, ਜਦ ਤੱਕ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਕਿ ਜਦ ਤੱਕ ਸਾਡੀ ਸਿਕਿਉਰਿਟੀ ਜਿਹੜੀ ਹੈ ਉਹ ਨਹੀਂ ਹੁੰਦੀ ਜਾਂ ਸਾਨੂੰ ਸੈਟਿਸਫੈਕਸ਼ਨ ਨਹੀਂ ਹੁੰਦੀ ਜਾਂ ਫਿਰ ਹੋਰ ਵੀ 3 ਤੋਂ 4 ਜਿਹੜੀ ਡਿਮਾਂਡਸ ਹੈ ਉਹ ਨਹੀਂ ਹੁੰਦੀ, ਜਦ ਤੱਕ ਅਸੀਂ ਸਟ੍ਰਾਈਕ ਤੋਂ ਨਹੀਂ ਉਠਾਂਗੇ। ਚੰਡੀਗੜ੍ਹ ਦੇ PGI ਦੇ ਨਾਲ ਨਾਲ 32 ਹਸਪੀਟਲ ਦੇ ਵਿੱਚ ਵੀ ਹੁਣ ਡਾਕਟਰਸ ਦੀ ਲਗਾਤਾਰ ਜਿਹੜੀ ਹੈ ਉਹ ਸਟ੍ਰਾਈਕ ਦੇਖਣ ਨੂੰ ਮਿਲ ਰਹੀ ਹੈ। ਹੱਥਾਂ 'ਚ ਬੈਨਰ ਲੈ ਕੇ ਹਮਾਰੀ ਮੰਗ ਨਿਆਏ ਔਰ ਇਸ ਤਰ੍ਹਾਂ ਦੇ ਜਿਹੜੇ ਪੋਸਟਰ ਲੈ ਕੇ ਲਗਾਤਾਰ ਇਹ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ। ਜਿਸ ਤਰ੍ਹਾਂ ਕਲਕੱਤਾ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਨਾਲ ਰੇਪ ਤੇ ਮਰਡਰ ਦਾ ਮਾਮਲਾ ਹੋਇਆ ਸੀਗਾ, ਜਿਸ ਨੂੰ ਲੈ ਕੇ ਹੁਣ ਹਸਪੀਟਲਸ ਦੇ ਅੰਦਰ ਵੀ ਹੁਣ ਜਾ ਕੇ ਸਾਰੀ ਜਿਹੜੀ ਹੈ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਜਿੰਨੇ ਵੀ ਜਿਹੜੇ ਰੈਸੀਡੈਂਟ ਡਾਕਟਰ ਨੇ ਹੋਰ ਜਿਹੜੇ ਸੀਨੀਅਰ ਡਾਕਟਰਸ ਨੇ ਉਹਨਾਂ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ। ਡਾਕਟਰ ਵਿਕਟਿਮ
ਇਸ ਤਰ੍ਹਾਂ ਦੇ ਜਿਹੜੇ ਬੈਨਰਸ ਲੈ ਕੇ ਇਹ ਆਪਣੇ ਚਿਪਕਾ ਕੇ ਇਸ ਤਰ੍ਹਾਂ ਦੇ ਜਿਹੜੇ ਸੀਨੀਅਰ ਡਾਕਟਰਸ ਹੈ ਉਹ ਅੰਦਰ ਵੀ ਹੁਣ ਵਾਰਡਸ ਦੇ ਵਿੱਚ ਓਪੀਡੀ ਦੇ ਵਿੱਚ ਹੁਣ ਜਾਂਦੇ ਨਜ਼ਰ ਆ ਰਹੇ ਨੇ ਔਰ ਪ੍ਰੋਟੈਸਟ ਜਿਹੜਾ ਉਹ ਕਰਦੇ ਨਜ਼ਰ ਆ ਰਹੇ ਨੇ। ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਸੈਕਟਰ 32 ਹਾਸਪਿਟਲ ਦੀ ਜਿੱਥੇ ਲਗਾਤਾਰ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਪ੍ਰੋਟੈਸਟ ਜਿਹੜਾ ਹੈਗਾ ਉਹ ਜਾਰੀ ਹੈ ਹਜੇ PGI ਦੇ ਨਾਲ ਨਾਲ ਹੋਰ ਵੀ ਸੈਕਟਰ 32 ਹਾਸਪਿਟਲ ਦੀ ਅਸੀਂ ਗੱਲ ਕਰ ਲਈਏ ਵੱਖ ਵੱਖ ਜਿਹੜੇ ਹਾਸਪਿਟਲਸ ਨੇ ਉਹਨਾਂ ਦੇ ਵਿੱਚ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਇਹਨਾਂ ਦੀ ਡਿਮਾਂਡਸ ਨਹੀਂ ਮੰਗੀ ਜਾਂਦੀ ਜਦ ਤੱਕ ਇਹ ਇੱਥੋਂ ਜਿਹੜਾ ਹੈਗਾ ਉਹ ਸਟ੍ਰਾਈਕ ਜਾਰੀ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਕਾਫੀ ਖੱਜਲ ਖਵਾਰੀ ਜਿਹੜੀ ਹੈ ਲੋਕਾਂ ਨੂੰ ਹੋ ਰਹੀ ਹੈ ਲੇਕਿਨ ਲਗਾਤਾਰ ਜਿਹੜੇ ਸੀਨੀਅਰ ਡਾਕਟਰਸ ਹੈ ਉਹ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਵੱਖ ਵੱਖ ਬਿਲਡਿੰਗਸ ਦੇ ਜਾ ਕੇ ਬੈਨਰਸ ਲਾ ਕੇ ਇਹ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਔਰ ਹਾਲਾਂਕਿ ਇਹਦੇ ਵਿੱਚ ਕਾਫੀ ਜਿਹੜੀ ਲੋਕਾਂ ਨੂੰ ਵੀ ਦਿੱਕਤਾਂ ਸਾਹਮਣੇ ਆ ਰਹੀ ਹੈ ਖੱਜਲ ਖੁਆਰੀ ਹੋ ਰਹੀ ਹੈ। ਦੂਜੇ ਪਾਸੇ ਇਹਨਾਂ ਦਾ ਕਹਿਣਾ ਕਿ ਸਾਡੀ ਸਿਕਿਉਰਟੀ ਕਿੱਥੇ, ਸਾਡੀ ਸਿਕਿਉਰਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਕੀਤੇ ਜਾਂਦੇ ਨੇ। ਕਈ ਇਸ ਤਰ੍ਹਾਂ ਦੇ ਪਹਿਲਾਂ ਵੀ ਕੇਸਿਸ ਹੋਏ ਆ ਜਿਸ ਕਰਕੇ ਕਾਫੀ ਨਾਰਾਜ਼ਗੀ ਜਿਹੜੀ ਹੈ ਉਹ ਜ਼ਾਹਿਰ ਕਰਦੇ ਨਜ਼ਰ ਆ ਰਹੇ ਨੇ ਜਿੰਨੇ ਵੀ ਸੀਨੀਅਰ ਡਾਕਟਰਸ ਨੇ ਡਾਕਟਰਸ ਰੈਸੀਡੈਂਟਸ। ਹਾਲਾਂਕਿ ਹੁਣ ਤਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਵੀ ਐਲਾਨ ਕੀਤਾ ਗਿਆ ਪ੍ਰੋਟੈਸਟ ਦਾ ਜਿਹੜਾ ਹੈਗਾ ਉਹ OPDs ਵਗੈਰਾ ਜਾਂ ਫਿਰ ਹੋਰ ਵੀ ਜਿਹੜੀ ਉਹ ਬੰਦ ਕਰਨ ਦਾ ਐਲਾਨ ਕੀਤਾ ਗਿਆ ਔਰ ਇਹ ਜਿਹੜਾ ਪੂਰਾ ਮਾਰਚ ਕੱਢਿਆ ਜਾ ਰਿਹਾ ਚੰਡੀਗੜ੍ਹ ਦੇ ਸੈਕਟਰ 32 ਹਾਸਪਿਟਲ ਦੀ ਇਹ ਤਸਵੀਰਾਂ ਨੇ ਜਿੱਥੇ ਪੂਰਾ ਡਾਕਟਰਸ ਵੱਲੋਂ ਇਹ ਪੂਰਾ ਜਿਹੜਾ ਮਾਰਚ ਕੱਢਿਆ ਜਾ ਰਿਹਾ ਔਰ ਇਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਜਦ ਤੱਕ ਸਾਡੀ ਜਿਹੜੀ ਮੰਗ ਹੈ ਉਹ ਪੂਰੀ ਨਹੀਂ ਹੁੰਦੀ ਜਦ ਤੱਕ ਅਸੀਂ ਲਗਾਤਾਰ ਇਹ ਪ੍ਰੋਟੈਸਟ 'ਚ ਸ਼ਾਮਿਲ ਰਹਾਂਗੇ। ਕਲਕੱਤਾ ਮੇਂ ਹੋਏ ਟ੍ਰੇਨੀ ਡਾਕਟਰ ਕੇ ਸਾਥ ਰੇਪ ਔਰ ਮਰਡਰ ਕੇ ਬਾਅਦ ਪੂਰੇ ਦੇਸ਼ ਮੇਂ ਰੋਸ ਕੀ ਲਹਿਰ ਹੈ। ਜਿਤਨੇ ਵੀ ਸੀਨੀਅਰ ਡਾਕਟਰਸ ਹੈ ਉਨਕੀ ਤਰਫ ਸੇ ਲਗਾਤਾਰ ਪ੍ਰੋਟੈਸਟ ਜਾਰੀ ਹੈ। ਤਸਵੀਰੇ ਆਪ ਦੇਖ ਸਕਤੇ ਹੈ ਚੰਡੀਗੜ੍ਹ ਕੇ ਸੈਕਟਰ 32 ਹਾਸਪਿਟਲ ਕੀ ਜਹਾਂ ਪਰ ਇਹ ਜੋ ਪ੍ਰੋਟੈਸਟ ਹੈ ਵੋ ਕੀਆ ਜਾ ਰਹਾ ਹੈ। ਜਿਤਨੇ ਵੀ ਜੋ ਡਾਕਟਰਸ ਹੈ ਚੰਡੀਗੜ੍ਹ ਕੇ PGI ਕੀ ਅਗਰ ਹਮ ਬਾਤ ਕਰੇ, ਚੰਡੀਗੜ੍ਹ ਕੇ ਸੈਕਟਰ 32 ਹਾਸਪਿਟਲ ਕੀ ਬਾਤ ਕਰੇ, ਲਗਾਤਾਰ ਜੋ ਪ੍ਰੋਟੈਸਟ ਹੈ ਵੋ ਜਾਰੀ ਹੈ। ਜੋ ਡਾਕਟਰਸ ਹੈ ਉਨਕਾ ਸਾਫ਼ ਤੌਰ ਪੇ ਕਹਿਣਾ ਹੈ ਕਿ ਜਬ ਤੱਕ ਹਮਾਰੀ ਡਿਮਾਂਡਸ ਹਮਾਰੀ ਸਿਕਿਉਰਟੀ ਕੋ ਲੇਕਰ ਨਹੀਂ ਬਾਤਚੀਤ ਕੀ ਜਾਤੀ, ਕੋਈ ਸੋਲੂਸ਼ਨ ਨਹੀਂ ਜਾਤਾ, ਜਬ ਤੱਕ ਹਮਾਰੀ ਇਸੀ ਤਰ੍ਹਾਂ ਜੋ ਸਟ੍ਰਾਈਕ ਹੈ ਵੋ ਜਾਰੀ ਰਹੇਗੀ। ਤਸਵੀਰੇ ਚੰਡੀਗੜ੍ਹ ਕੇ ਸੈਕਟਰ 32 ਹਾਸਪਿਟਲ ਕੀ ਹੈ ਜਹਾਂ ਪਰ ਇਹ ਪ੍ਰੋਟੈਸਟ ਹੈ ਵੋ ਲਗਾਤਾਰ ਜਾਰੀ ਹੈ ਔਰ ਆਜ ਅਲਗ ਤਰੀਕੇ ਸੇ ਅਨੋਖੇ ਢੰਗ ਸੇ ਇਹ ਪ੍ਰੋਟੈਸਟ ਜੋ ਹੈ ਵੋ ਕੀਆ ਜਾ ਰਹਾ ਹੈ। ਅਲਗ ਅਲਗ OPD ਮੇਂ ਬਿਲਡਿੰਗਸ ਮੇਂ ਜਾ ਕਰ ਇਹ ਪ੍ਰੋਟੈਸਟ ਜਾਰੀ ਹੈ ਔਰ ਜਿਸ ਤਰ੍ਹਾਂ ਸੇ ਮੈਮ ਕੁਛ ਕਹੇਂਗੇ ਪ੍ਰੋਟੈਸਟ ਜੋ ਜਾਰੀ ਹੈ ਆਪ ਲੋਗ ਬਤਾਈਏ ਮੈਮ ਆਪ ਜੋ ਪ੍ਰੋਟੈਸਟ ਆਜ ਕਰ ਰਹੇ ਹੈ ਕੁਛ ਪਤਾ ਉਸਕੇ ਬਾਰੇ ਮੇਂ ਕੋਈ ਪ੍ਰੋਟੈਸਟ ਕੋ ਲੇਕਰ ਕੁਛ ਬੋਲੇਗਾ ਆਪ ਲੋਕ ਬਤਾਏਂਗੇ ਕੁਛ ਪ੍ਰੋਟੈਸਟ ਕੋ ਲੇਕਰ ਮੈਮ ਕੁਛ ਹੈ ਜਾਣਕਾਰੀ ਮੈਮ ਕੁਛ ਬਤਾਏਂਗੇ ਪ੍ਰੋਟੈਸਟ ਕੇ ਬਾਰੇ ਮੇਂ ਯਾ ਜੋ ਪ੍ਰੋਟੈਸਟ ਕੀਆ ਜਾ ਰਹਾ ਹੈ ਵੀ ਵਿਲ ਨਾਟ ਸਟਾਪ ਅੰਟਿਲ ਦ ਵਿਕਟਿਮ ਰਿਸੀਵਸ ਜਸਟਿਸ ਠੀਕ ਹੈ ਤੋ ਤਿੰਨ ਚਾਰ ਚੀਜ਼ੋ ਕੋ ਲੇਕਰ ਜੋ ਮੈਮ ਕੀ ਗਈ ਥੀ CBI ਕੀ ਜਾਂਚ ਹੈਪਨ ਟੂ ਵਿਮਨ ਇਨ ਦਿਸ ਨੇਸ਼ਨ ਸੋ ਮੈਨੀ ਕ੍ਰਾਈਮਸ ਵੀ ਕਮ ਅਕ੍ਰੋਸ ਡੇ ਬਾਈ ਡੇ ਬਿਲਕੁਲ ਨਥਿੰਗ ਸੋਲਿਡ ਇਜ਼ ਹੈਪਨਿੰਗ ਠੀਕ ਹੈ ਐਂਡ ਦਿਸ ਲੇਟੈਸਟ ਜੋ ਡਾਕਟਰ ਕੇ ਸਾਥ ਹੁਆ ਹੈ ਦੈਟ ਇਜ਼ ਲਾਈਕ ਵੀ ਹੈਵ ਇਨਫ ਬਿਲਕੁਲ ਬਿਲਕੁਲ ਸਿਕਿਉਰਟੀ ਕੋ ਲੇਕਰ ਆਪਕੀ ਜੋ ਆਪ ਜੋ ਬਾਤ ਕਰ ਰਹੇ ਹੈ ਕਿ ਸਿਕਿਉਰਟੀ ਕੋ ਲੇਕਰ ਹਮ ਆਪ ਲੋਗੋ ਕੀ ਸਿਕਿਉਰਟੀ ਕਿਆ ਹੋਣੀ ਚਾਹੀਏ ਉਸਕੋ ਲੇਕਰ ਜੋ ਹੈ ਵੋ ਬਾਤ ਕੀ ਜਾ ਰਹੀ ਹੈ ਯਾ ਯਾ ਵੀ ਹੈਵ ਮੈਨੀ ਡਿਮਾਂਡਸ ਸਾਰੇ ਡਿਪਾਰਟਮੈਂਟ ਸੇ ਵੀ ਹੈਵ ਕਲੈਕਟਡ ਡਿਮਾਂਡਸ ਐਂਡ ਵੀ ਆਰ ਮੇਕਿੰਗ ਸ਼ੋਰ ਦੈਟ ਥੀਸ ਡਿਮਾਂਡਸ ਆਰ ਮੈਟ ਤੋ ਬਿਲਕੁਲ ਆਜ ਲਗਾਤਾਰ ਜੋ ਪ੍ਰੋਟੈਸਟ ਹੈ ਵੋ ਜਾਰੀ ਹੈ ਡਾਕਟਰਸ ਕੀ ਤਰਫ ਸੇ ਇਹ ਪ੍ਰੋਟੈਸਟ ਜੋ ਹੈ ਵੋ ਕੀਆ ਜਾ ਰਹਾ ਹੈ। ਮਕਸਦ ਇਹ ਹੈ ਕਿ ਹਮਾਰੀ ਸਿਕਿਉਰਟੀ ਕਿਆ ਹੈ ਔਰ ਜਿਸ ਤਰ੍ਹਾਂ ਸੇ ਫੀਮੇਲ ਡਾਕਟਰ ਕੇ ਸਾਥ ਇਸ ਤਰ੍ਹਾਂ ਸੇ ਹੁਆ ਸਿਕਿਉਰਟੀ ਕੋ ਲੇਕਰ ਜੋ ਹੈ ਵੋ ਬਾਤ ਕੀ ਜਾ ਰਹੀ ਹੈ।